अंदर तो भाव है जो कुछ साढ़े
ਹਿਰਦੇ ਦੇ ਅੰਦਰ, ਮਨ ਦੇ ਅੰਦਰ, ਮਾਇੰਡ ਦੇ ਅੰਦਰ, ਸੋਚ ਦੇ ਅੰਦਰ ਚੱਲਦਾ ਗਿਆ। ਜਿਸ ਵਿਚਾਰ ਤੋਂ, ਜਿਸ ਅੰਦਰ ਦੇ ਬਚਨਾਂ ਤੋਂ ਬਾਹਰ ਦਾ ਕੋਈ ਵੀ ਮਨੁੱਖ ਜਾਣੂ ਨਹੀਂ ਹੈ, ਇਹ ਮੇਰੇ ਸਤਿਗੁਰੂ ਤੋਂ ਉਸ ਅੰਦਰ ਦੀ ਵਿਚਾਰ ਨੂੰ ਸਮਝਣ ਵਾਲਾ ਹੈ, ਉਸ ਅੰਦਰ ਤੋਂ ਜਾਣਨ ਵਾਲਾ ਹੈ। ਕੱਲ ਦੀ ਬਾਣੀ ਵਿੱਚੋਂ ਇਹ ਬਚਨ ਆਪਾਂ ਸਾਂਝੇ ਕੀਤੇ ਸਨ ਵੀ ਮਨੁੱਖ ਦੀ ਦੋ ਤਰ੍ਹਾਂ ਦੀ ਰਹਿਤ ਹੈ, ਇੱਕ ਜੋ ਕੁਝ ਉਹਦੇ ਅੰਦਰ ਹੈ, ਦੂਸਰਾ ਜੋ ਕੁਝ ਉਹਦੇ ਬਾਹਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਇੱਕ ਹੋਣ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ। ਜਿਹੜਾ ਮਨੁੱਖ ਆਪਣੇ ਅੰਦਰ ਦੇ ਵਿਚਾਰ ਤੇ ਬਾਹਰ ਦੇ ਜੀਵਨ ਨੂੰ ਇੱਕ ਕਰ ਲੈਂਦਾ ਹੈ, ਸਤਿਗੁਰੂ ਜੀ ਨੇ ਉਸ ਮਨੁੱਖ ਨੂੰ, ਉਸ ਇਨਸਾਨ ਨੂੰ ਮੇਰੇ ਮਾਲਕ ਜੀ ਨੇ ਰੱਬ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਸ ਪਰਮਾਤਮਾ ਦਾ ਸਰੂਪ। ਬਾਣੀ ਦੇ ਇਹ ਬਚਨ ਆਪ ਪੜ੍ਹਦੇ ਹੋ, ਮੇਰੇ ਸਤਿਗੁਰ ਕਹਿੰਦੇ ਨੇ ਜਿਹੜਾ ਅੰਦਰੋਂ ਬਾਹਰੋਂ ਇੱਕ ਹੋ ਗਿਆ, ਜਿਹਨੇ ਆਪਣੇ ਅੰਦਰ ਦੇ ਵਿਚਾਰ ਨੂੰ, ਸਮਝ ਨੂੰ ਔਰ ਬਾਹਰ ਦੇ ਜੀਵਨ ਨੂੰ ਇੱਕ ਕਰ ਲਏ, ਉਹਨੂੰ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਬਾਬਾ ਕਬੀਰ ਸਾਹਿਬ ਜੀ ਦੇ ਬਚਨ ਆਪ ਪੜ੍ਹਦੇ ਹੋ, ਕਬੀਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੇ ਰੱਬ ਜੀ ਜਿਹੜੇ ਨੇ ਨਾ, ਉਹ ਜੋ ਕੁਝ ਉਹਨਾਂ ਦੇ ਅੰਦਰ ਦੀ ਵਿਚਾਰ ਹੈ, ਉਹ ਕੁਝ ਮੇਰੇ ਮਾਲਕ ਨੇ ਬਾਹਰ ਪ੍ਰਗਟ ਕੀਤੀ ਹੈ। ਤੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਕੇ ਬਚਨ ਆਪਾਂ ਕੱਲ੍ਹ ਵੀ ਸਾਂਝੇ ਕੀਤੇ ਸਨ ਕਿ ਰਹਿਤ ਅਵਰ ਅਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨੁੱਖ ਦੀ ਫਿਕਰਤ ਹੈ, ਸੁਭਾਅ ਹੈ। ਗੁਰੂ ਅਰਜਨ ਦੇ ਪਿਤਾ ਕਹਿੰਦੇ ਨੇ ਜੋ ਕੁਝ ਇਹਦੇ ਅੰਦਰ ਹੈ, ਉਹ ਕੁਝ ਇਹਦੇ ਬਾਹਰ ਨਹੀਂ ਹੈ। ਇਹਦੇ ਅੰਦਰ ਜੋ ਕੁਝ ਹੈ, ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਜ਼ਿਕਰ ਕੀਤਾ ਹੈ ਬਾਣੀ ਦੇ ਅੰਦਰ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਪੇਖਤ ਚਾਖਤ ਕਹੀਅਤ ਅੰਧਾ, ਸੁਣੀਅਤ ਸੁਣੀਐ ਨਾਹੀ, ਨਿਕਟ ਵਸਤ ਕੋ ਜਾਣੈ ਦੂਰੇ ਪਾਪੀ ਪਾਪ ਕਮਾਹੀ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਹਦੇ ਜੀਵਨ ਦੀ ਅਵਸਥਾ, ਇਹ ਵੇਖਦਾ ਸੁਣਦਾ ਜ਼ੁਬਾਨ ਤੋਂ ਕਹਿੰਦਾ, ਪਰ ਸਤਿਗੁਰ ਕਹਿੰਦੇ ਨੇ ਸਭ ਕੁਝ ਕਹਿੰਦਿਆਂ ਹੋਇਆ ਵੀ ਹਨੇਰੇ ਵਿੱਚ ਜੀਂਦਾ ਹੈ, ਸਭ ਕੁਝ ਬੋਲਦਿਆਂ ਹੋਇਆ ਵੀ ਹਨੇਰੇ ਵਿੱਚ ਜੀਂਦਾ ਹੈ। ਕਿਉਂ? ਕਿਉਂਕਿ ਜੋ ਕੁਝ ਬੋਲਦਾ ਹੈ, ਉਹ ਬੋਲ ਜੋ ਇਹਨੇ ਆਪਣੀ ਰਸਨਾ ਤੋਂ ਪ੍ਰਗਟ ਕੀਤੇ ਨੇ, ਉਹ ਕੁਝ ਇਹਦੇ ਅੰਦਰ ਨਹੀਂ ਹੈ, ਉਹ ਕੁਝ ਇਹਦੇ ਅੰਦਰ ਨਹੀਂ ਹੈ। ਤੇ ਸਤਿਗੁਰ ਪਾਤਸ਼ਾਹ ਜੀ ਨੇ ਇਸ ਵਖਰੇਵੇ ਨੂੰ ਨਾ ਭਰਮ ਕਿਹਾ, ਧਿਆਨ ਦੇਣਾ, ਬਾਣੀ ਨੇ ਇਸ ਵਖਰੇਵੇ ਨੂੰ ਭਰਮ ਕਿਹਾ। ਹੁਣ ਇਹ ਭਰਮ ਮਨੁੱਖ ਕਿਸੇ ਹੋਰ ਲਈ ਕ੍ਰੀਏਟ ਨਹੀਂ ਕਰਦਾ, ਜਦੋਂ ਮਨੁੱਖ ਇਸ ਭਰਮ ਵਿੱਚ ਜੀਂਦਾ ਹੈ ਨਾ, ਉਦੋਂ ਮਨੁੱਖ ਇਹ ਸੋਚਦਾ ਵੀ ਸ਼ਾਇਦ ਮੈਂ ਕਿਸੇ ਹੋਰ ਮਨੁੱਖ ਨੂੰ ਭਰਮ ਵਿੱਚ ਪਾਇਆ ਹੋਇਆ, ਵੀ ਇਹ ਮੇਰੇ ਅੰਦਰ ਦੇ ਪਾਪ ਨੇ, ਮੇਰੇ ਅੰਦਰ ਦੇ ਦੁਰਦ ਹੈ, ਮੇਰੇ ਅੰਦਰ ਦੇ ਕਲੇਸ਼ ਨੇ। ਇਹਨੂੰ ਇੰਝ ਸਮਝ ਲਈਏ ਵੀ ਘਰ ਦੀ ਚਾਰ ਦੀਵਾਰੀ ਦੇ ਅੰਦਰ ਚਾਰ ਜੀਅ ਰਹਿੰਦੇ ਨੇ ਤੇ ਉਹ ਹਰ ਵੇਲੇ ਲੜਦੇ ਨੇ, ਹਰ ਵੇਲੇ। ਜੇ ਚਾਰ ਘੰਟੇ ਘਰ ਦੇ ਵਿੱਚ ਜੁੜ ਕੇ ਬੈਠੇ ਤੇ ਚਾਰ ਘੰਟੇ ਉਹਨਾਂ ਦੇ ਲੜਾਈ ਵਿੱਚ ਨਿਕਲੇ, ਪਰ ਜਦੋਂ ਘਰ ਤੋਂ ਬਾਹਰ ਨਿਕਲੇ, ਉਦੋਂ ਉਹਨਾਂ ਦਾ ਰੂਪ ਰੰਗ ਬਣਤਰ, ਉਹਨਾਂ ਦਾ ਬੋਲਣ ਚਾਲਣ ਦਾ ਤਰੀਕਾ, ਉਹਨਾਂ ਦਾ ਵਿਹਾਰ ਚੇਂਜ ਹੋ ਗਿਆ, ਬਦਲ ਗਿਆ। ਲੋਕ ਉਹਨਾਂ ਦੀ ਬਾਹਰੀ ਕਰਨੀ ਨੂੰ ਵੇਖਦੇ ਨੇ, ਜੋ ਕੁਝ ਉਹਨਾਂ ਦੇ ਅੰਦਰ ਘਰ ਵਿੱਚ ਹੋ ਰਿਹਾ ਉਹ ਲੋਕਾਂ ਨੂੰ ਨਹੀਂ ਪਤਾ। ਸਤਿਗੁਰ ਕਹਿੰਦੇ ਨੇ ਜੋ ਕੁਝ ਤੇਰੇ ਅੰਦਰ ਹੋ ਰਿਹਾ ਉਹਦਾ ਪਤਾ ਤੈਨੂੰ ਨਹੀਂ ਹੈ, ਮਾਫ਼ ਕਰਨਾ ਦੂਜੇ ਨੂੰ ਨਹੀਂ ਹੈ, ਪਰ ਉਸ ਦਾ ਪਤਾ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਨੂੰ ਹੈ। ਬਾਣੀ ਦੇ ਅੰਦਰੋਂ ਆਪ ਜੀ ਨੇ ਅਜੇ ਹੁਣੇ ਬਚਨ ਸਰਵਣ ਕੀਤਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਚੇਤੇ ਪਾਪ ਕੀਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿੰਨੇ ਜਿੰਨੇ ਮਾੜੇ ਕਰਮ ਕੀਤੇ, ਪਾਪ ਤੋਂ ਭਾਵੇ ਮਾੜੇ ਕਰਮ, ਪਾਪ ਇਹਨਾਂ ਮਤਲਬ ਇਹ ਨਹੀਂ ਹੈ ਅਸੀਂ ਸ਼ਾਇਦ ਕਿਸੇ ਮਨੁੱਖ ਨੂੰ, ਕੋਈ ਜੀਵ ਕਿਸੇ ਮਨੁੱਖ ਦੇ ਹੱਥੋਂ ਮਰ ਜਾਏ ਅਸੀਂ ਕਹਿੰਦੇ ਹਾਂ ਪਾਪ ਹੋ ਗਏ। ਅਸੀਂ ਪਾਪ ਨੂੰ ਸੰਗਿਆ ਦਿੰਦੇ ਹਾਂ ਜਦੋਂ ਕੋਈ ਸਾਡੇ ਹੱਥੋਂ ਨੁਕਸਾਨ ਹੋ ਜਾਏ। ਤੇ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਤੇਰੇ ਜੀਵਨ ਦੇ ਜਿੰਨੇ ਵੀ ਮਾੜੇ ਕਰਮ ਨੇ, ਜੇ ਤੂੰ ਇਹਨਾਂ ਅੱਖਾਂ ਦੇ ਨਾਲ ਮਾੜਾ ਵੇਖਣਾ ਤੇ ਇਹਦੇ ਸਤਿਗੁਰ ਕਹਿੰਦੇ ਨੇ ਤੂੰ ਪਾਪ ਕਰਦਾ ਪਿਆ। ਜੇ ਤੂੰ ਇਸ ਰਸਨਾ ਦੇ ਨਾਲ ਮਾੜਾ ਬੋਲਦਾ ਪਿਆ ਤੇ ਮੇਰੇ ਸਤਿਗੁਰ ਕਹਿੰਦੇ ਨੇ ਤੂੰ ਪਾਪ ਕਰ ਰਿਹਾ।
ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਹਰ ਕਰਮ ਨੂੰ ਪਾਪ ਦੇ ਨਾਲ ਤੁਲਨਾ ਕੀਤੀ ਜੋ ਮਾੜਾ ਹੈ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜਿਤੇ ਪਾਪ ਕੀਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਂ ਜਿੰਨੇ ਪਾਪ ਕੀਤੇ ਨਾ, ਜਿੰਨੇ ਮਾੜੇ ਕਰਮ ਕੀਤੇ, ਕਹਿੰਦੇ ਰਾਖੈ ਤਲੇ ਦੁਰਾਏ, ਕਹਿੰਦੇ ਨੇ ਮੈਂ ਉਹਨਾਂ ਸਾਰਿਆਂ ਨੂੰ ਤਲੇ, ਤਲੇ ਦਾ ਭਾਵ ਹੁੰਦਾ ਥੱਲੇ ਲੁਕੋ ਕੇ, ਮੈਂ ਉਹਨਾਂ ਸਾਰੇ ਕਰਮਾਂ ਨੂੰ ਲੁਕੋ ਕੇ ਰੱਖਿਆ, ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਹੋਣ ਦਿੰਦਾ। ਔਰ ਧਿਆਨ ਦੇਣਾ, ਕੋਈ ਵੀ ਮਨੁੱਖ ਪ੍ਰਗਟ ਨਹੀਂ ਹੋਣ ਦਿੰਦਾ। ਜਿਹੜੇ ਮੇਰੇ ਮਾੜੇ ਕੰਮ ਨੇ ਮੈਂ ਕਿਉਂ ਪ੍ਰਗਟ ਹੋਣ ਦੇਵਾਂਗਾ, ਕਿਉਂਕਿ ਮੈਨੂੰ ਪਤਾ ਹੈ ਜੇ ਮੇਰੇ ਮਾੜੇ ਕਰਮ ਸੰਸਾਰ ਦੇ ਅੰਦਰ ਪ੍ਰਗਟ ਹੋ ਗਏ ਤੇ ਲੋਕਾਂ ਨੇ ਮੇਰੇ ਆਪਣੇ ਕਰੈਕਟਰ ਦੇ ਉੱਪਰ, ਮੇਰੇ ਆਪਣੇ ਆਚਰਣ ਦੇ ਉੱਪਰ ਸਵਾਲ ਖੜੇ ਕਰਦੇ ਨੇ ਵੀ ਇਹਦਾ ਜੀਵਨ ਤੇ ਐਸਾ ਹੈ, ਇਹਦੀ ਜ਼ੁਬਾਨ ਤੋਂ ਬੋਲ ਐਸੇ ਨਿਕਲਦੇ ਨੇ। ਖਿਆਲ ਕਰ ਲੋ, ਜਦੋਂ ਸੰਸਾਰ ਦੇ ਅੰਦਰ ਕਿਸੇ ਮਨੁੱਖ ਦੇ ਪਾਪ ਪ੍ਰਗਟ ਹੋ ਜਾਂਦੇ ਨੇ, ਮਾੜੇ ਕਰਮ ਪ੍ਰਗਟ ਹੋ ਜਾਂਦੇ ਨੇ, ਫਿਰ ਮਨੁੱਖ ਕਹਿੰਦਾ ਨਾ ਵੀ ਅਸੀਂ ਸੋਚਦੇ ਸਾਂ ਵੀ ਇਹ ਤੇ ਇੰਨਾ ਭਗਤ ਹੈ, ਇਹ ਤੇ ਐਸੇ ਕਰਮ ਕਰਨ ਵਾਲਾ ਹੈ, ਪਰ ਜਦੋਂ ਪ੍ਰਗਟ ਹੋ ਗਏ ਉਦੋਂ ਜੀਵਨ ਕੁਝ ਹੋਰ ਸਾਹਮਣੇ ਨਜ਼ਰ ਆ ਜਾਂਦਾ ਹੈ। ਤੇ ਜਦੋਂ ਉਹ ਜੀਵਨ ਸਾਹਮਣੇ ਨਜ਼ਰ ਆਉਂਦਾ ਹੈ, ਫਿਰ ਮਨੁੱਖ ਉਸ ਦੂਸਰੇ ਮਨੁੱਖ ਦੇ ਨਾਲ ਇੰਨੀ ਈਰਖਾ ਕਰਦਾ ਹੈ, ਇੰਨਾ ਦੁੱਖ ਹੋ ਜਾਂਦਾ ਹੈ ਵੀ ਉਸ ਮਨੁੱਖ ਦੇ ਪ੍ਰਤੀ ਜਿਹਦੇ ਪ੍ਰਤੀ ਕਦੇ ਸਿਜਦੇ ਕਰਦਾ ਸੀ, ਉਹਦੇ ਪ੍ਰਤੀ ਫਿਰ ਆਪਣੀ ਜ਼ੁਬਾਨ ਤੋਂ ਮੰਦਾ ਵੀ ਬੋਲਦਾ ਹੈ, ਆਪਣੀ ਜ਼ੁਬਾਨ ਤੋਂ ਮਾੜਾ ਵੀ ਬੋਲਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦਾ ਕਿ ਕਬੀਰ ਜਿਤੇ ਪਾਪ ਕੀਏ ਰਾਖੈ ਤਲੇ ਦੁਰਾਏ, ਪਰ ਕਹਿੰਦੇ ਨੇ ਪ੍ਰਗਟ ਭਏ ਨਿਦਾਨ ਸਭ, ਕਹਿੰਦੇ ਨੂੰ ਜਿੰਨਾ ਖਜ਼ਾਨਾ ਸੀ ਨਾ, ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ, ਸਰ ਕਹਿੰਦੇ ਨੇ ਮਾੜੇ ਕਰਮਾਂ ਦਾ ਜਿੰਨਾ ਵੀ ਖਜ਼ਾਨਾ ਸੀ ਨਾ, ਬਾਬਾ ਕਬੀਰ ਸਾਹਿਬ ਕਹਿੰਦੇ ਨੂੰ ਸਾਰਾ ਪ੍ਰਗਟ ਹੋ ਗਿਆ। ਕਿਸ ਦਿਨ? ਕਹਿੰਦੇ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਦਨ ਧਰਮ ਰਾਏ, ਧਰਮ ਰਾਏ ਦੀ ਅਖਰੀ ਅਰਥ ਦੀ ਧਰਮ ਦਾ ਨਿਆਂ ਕਰਨ ਵਾਲਾ, ਧਿਆਨ ਦੇਣਾ, ਰਾਏ ਦਾ ਭਾਵ ਹੁੰਦਾ ਰਾਜਾ, ਧਰਮ ਦਾ ਨਿਆਂ ਕਰਨ ਵਾਲਾ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਹੈ ਧਰਮ ਰਾਏ। ਤੇ ਧਰਮ ਦਾ ਨਿਆਂ ਕਰਨ ਵਾਲਾ ਕੌਣ ਹੈ? ਰੱਬ ਜੀ ਆਪ ਨੇ, ਪਰਮਾਤਮਾ ਆਪ ਨੇ। ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਸ ਦਿਨ ਆ ਭਲਿਆ ਤੇਰੇ ਅੰਦਰ ਦੀ ਆਤਮਾ, ਤੇਰਾ ਅੰਦਰ ਦੀ ਜੋਤ ਉਸ ਰੱਬ ਦੇ ਸਾਹਮਣੇ ਖੜੀ ਹੋਈ, ਜਿਸ ਦਿਨ ਤੇਰਾ ਸੱਚ ਦੇ ਨਾਲ ਟਾਕਰਾ ਹੋਇਆ, ਧਿਆਨ ਦੇਣਾ ਜਿਹਦੇ ਸਾਡਾ ਝੂਠ ਦੇ ਨਾਲ ਟਾਕਰਾ ਹੈ, ਇਸ ਕਰਕੇ ਸਾਡਾ ਜਿਹਦੇ ਨਾਲ ਟਕਰਾ ਹੈ, ਜਿਹਦੇ ਨਾਲ ਮੇਲ ਜੋੜ ਹੈ, ਸਾਡੀ ਗਲਤੀ ਵੈਸੀ ਹੋ ਜਾਂਦੀ ਹੈ। ਜਿੱਦਣ ਸੱਚ ਸਾਹਮਣੇ ਆ ਗਿਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਦੋਂ ਅੱਖਾਂ ਕਿਵੇਂ ਮਿਲਾਈਆਂ? ਖਿਆਲ ਕਰਿਓ, ਜਿੱਦਣ ਸੱਚ ਸਾਹਮਣੇ ਆ ਗਿਆ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਦ ਪੁੱਛੇ ਧਰਮ ਰਾਏ, ਕਹਿੰਦੇ ਨੇ ਜਿੱਦਣ ਧਰਮ ਦਾ ਨਿਆਂ ਕਰਨ ਵਾਲਾ ਰੱਬ ਤੈਨੂੰ ਆਪ ਆ ਕੇ ਪੁੱਛੇਗਾ, ਜਿੱਦਣ ਉਹ ਆਪ ਤੇਰੇ ਸਾਹਮਣੇ ਆ ਕੇ ਖੜਾ ਹੋ ਗਿਆ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਦੱਸ ਉਦੋਂ ਤੇਰੇ ਕੋਲ ਕੋਈ ਜਵਾਬ ਹੈ? ਉਸ ਸਿਰ ਨੂੰ ਕੋਈ ਜਵਾਬ ਦੇ ਸਕਦਾ ਹੈ? ਮੇਰੇ ਸਤਿਗੁਰ ਕਹਿੰਦੇ ਨੇ ਉਹ ਅੰਦਰ ਦੀ ਜਾਣਨ ਵਾਲੇ। ਅੱਜ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਬਚਨ ਕਹਿੰਦੇ ਸਾਹਿਬ ਕਹਿੰਦੇ ਨੇ ਕਰੋ ਬੇਨਤੀ, ਬੇਨਤੀ ਦਾ ਭਾਵ ਹੁੰਦਾ ਅਰਦਾਸ ਜੋਗੜੀ, ਕਹਿੰਦੇ ਨੇ ਮੈਂ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਕਿਹੜੇ ਪਰਮਾਤਮਾ ਦੇ ਵੀ? ਕਹਿੰਦੇ ਪਾਰ ਬ੍ਰਹਮ ਸਭ ਜਾਣੈ, ਕਹਿੰਦੇ ਉਸ ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਜਿਹੜਾ ਸਭ ਕੁਝ ਜਾਣਦਾ ਹੈ। ਧਿਆਨ ਦੇਣਾ, ਮੇਰੀ ਬੇਨਤੀ ਕਿਹਦੇ ਚਰਨਾਂ ਵਿੱਚ? ਜਿਹੜਾ ਸਭ ਕੁਛ ਜਾਣਦਾ ਹੈ, ਜਿਹੜਾ ਸਭ ਕੁਛ ਜਾਣਨ ਵਾਲਾ ਹੈ, ਮੇਰੀ ਬੇਨਤੀ ਉਹਦੇ ਚਰਨਾਂ ਵਿੱਚ, ਜਿਹੜਾ ਸਿਰਫ ਕਿਸੇ ਕਮਰੇ ਦੇ ਅੰਦਰ ਬੈਠ ਕੇ ਕਹਿੰਦਾ ਵੀ ਹੁਣ ਆ ਜਾਓ ਸੇਵਕੋ, ਜਿਹੜਾ ਚਾਰ ਦਸ ਵੀਹ ਲੋਕਾਂ ਦੇ ਨਾਲ ਜੁੜ ਕੇ ਬੈਠਣ ਵਾਲਾ ਹੈ, ਬਾਹਰੀ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾ ਜੀ, ਅਰਧ ਉਰਜ ਕੈ ਪੰਚ ਮੂਹਾਂ ਚਾਲੋ ਬੇਤੋ ਮਾਝੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਉਹ ਸਾਡਾ ਗੁਰੂ ਨਹੀਂ, ਸਾਡਾ ਗੁਰੂ ਕੌਣ ਹੈ? ਜਿਹੜਾ ਅੰਦਰ ਦੀ ਜਾਣਨ ਵਾਲੇ। ਤੇ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਮੇਰੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਹੈ। ਕਿਹੜੀ ਬੇਨਤੀ ਕਰਦੇ ਨੇ ਮੇਰੇ ਸਤਿਗੁਰੂ ਜੀ? ਕਹਿੰਦੇ ਜੀ ਮੇਰੀ ਬੇਨਤੀ ਕਿਸੇ ਹੋਰ ਦੇ ਚਰਨਾਂ ਵਿੱਚ ਨਹੀਂ, ਧਿਆਨ ਦੇਣਾ ਅਸੀਂ ਸਾਰੇ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹਾਂ, ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹਾਂ। ਤੇ ਮਾਫ ਕਰਨਾ, ਬੜੇ ਐਸੇ ਸੰਸਾਰ ਦੇ ਅੰਦਰ ਲੋਕ ਨੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਅਜੇ ਵੀ ਭਰਮ ਬਣੇ ਹੋਏ ਨੇ। ਉਹ ਅਜੇ ਵੀ ਕਹਿੰਦੇ ਨੇ ਅਸੀਂ ਤੇ ਫਲਾਣੇ ਬਾਬੇ ਦੇ ਚਰਨਾਂ ਵਿੱਚ ਅਰਦਾਸ ਕੀਤੀ, ਅਸੀਂ ਤੇ ਫਲਾਣੇ ਪੀਰ ਦੇ ਚਰਨਾਂ ਚੰਦ ਸਾਹਮਣੇ ਜਾ ਕੇ ਅਰਦਾਸ ਕੀਤੀ। ਸ਼ਾਇਦ ਕਹਿੰਦੇ ਨੇ ਨਾ, ਤੇਰਾ ਗੁਰੂ ਤੇ ਇੱਕ ਹੈ,
ਉਹ ਹੈ ਅਕਾਲ ਪੁਰਖ ਪਰਿਪੂਰਨ ਪਰਮਾਤਮਾ। ਸ਼ਾਇਦ ਕਹਿੰਦੇ ਨੇ ਤੇਰੀ ਅਰਦਾਸ ਹੋਵੇ ਕਿ ਉਸ ਇੱਕ ਦੇ ਚਰਨਾਂ ਦੇ ਵਿੱਚ ਹੋਵੇ, ਕਿਸੇ ਹੋਰ ਦੇ ਅੱਗੇ ਨਹੀਂ, ਉਸ ਇੱਕ ਦੇ ਚਰਨਾਂ ਵਿੱਚ ਤੇਰੀ ਅਰਦਾਸ। ਤੇ ਮੇਰੇ ਸਤਿਗੁਰ ਜੀ ਫਿਰ ਬਾਣੀ ਵਿੱਚ ਨਾ ਦਾਅਵਾ ਕਰਦੇ ਵੀ ਕਹਿੰਦੇ ਵੀ ਜਿੱਦਣ ਇੱਕ ਦੇ ਚਰਨਾਂ ਨਾਲ ਤੇਰੇ ਅੰਦਰ ਦੀ ਸਾਂਝ ਬਣ ਗਈ ਨਾ, ਮੇਰੇ ਸਤਿਗੁਰ ਕਹਿੰਦੇ ਨੇ ਉਦੋਂ ਤੇਰੇ ਅੰਦਰ ਦੀ ਕੋਈ ਐਸੀ ਅਰਦਾਸ ਨਹੀਂ ਹੋਏਗੀ ਜਿਹੜੀ ਵਿਰਥਾ ਜਾਏ। ਤੇਰੇ ਅੰਦਰ ਦਾ ਇੱਕ ਇੱਕ ਬੋਲ ਮੇਰੇ ਸਤਿਗੁਰ ਦੇ ਚਰਨਾਂ ਵਿੱਚ ਪ੍ਰਵਾਨ ਹੋਏਗਾ। ਪਰ ਸਤਿਗੁਰ ਕਹਿੰਦੇ ਨੇ ਉਹਦੇ ਤੋਂ ਪਹਿਲਾਂ ਤੈਨੂੰ ਆਪਣੇ ਆਪ ਨੂੰ ਖੜਾ ਕਰਨਾ ਪਏਗਾ, ਤੈਨੂੰ ਆਪਣੇ ਆਪ ਨੂੰ ਉਸ ਸਟਰਕਚਰ ਦੇ ਵਿੱਚ, ਉਸ ਆਚਰਣ ਦੇ ਵਿੱਚ ਤੈਨੂੰ ਆਪਣੇ ਆਪ ਨੂੰ ਢਾਲਣਾ ਪਏਗਾ। ਜਿੰਨੀ ਦੇਰ ਤੱਕ ਉੱਥੇ ਢਲੇਗਾ ਨਹੀਂ, ਮੇਰੇ ਦਾਤਾਰ ਪਿਤਾ ਜੀ ਕਹਿੰਦੇ ਨੇ ਸੱਚ ਜਾਣੀ ਤੇਰੀ ਜ਼ੁਬਾਨ ਤੋਂ, ਰਸਨਾ ਤੋਂ ਨਿਕਲਿਆ ਹੋਇਆ ਬੋਲ ਕੂੜ ਹੋਏਗਾ, ਝੂਠ ਹੋਏਗਾ। ਖਿਆਲ ਕਰਿਓ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਜੋਗਨੀ ਕਰਦੇ ਹਾਂ, ਭਰਮ ਸਾਡੇ ਮਨ ਚ ਹੁੰਦਾ ਹੈ, ਭਰਮ ਹੁੰਦਾ ਹੈ ਵੀ ਪਤਾ ਨਹੀਂ ਹੋਏਗੀ ਪੂਰੀ ਕਿ ਨਹੀਂ ਹੋਏਗੀ। ਚਲੋ ਅਰਦਾਸ ਕਰ ਦਿੱਤੀ ਆਤਮਾ ਤੋਂ ਗੁਰੂ ਰਾਖਾ, ਜਿਹਨੂੰ ਆਹ ਵਚਨ ਨਿਕਲ ਆਉਂਦਾ ਨਾ ਦੇਖੋ ਗੁਰੂ ਰਾਖਾ, ਇਹਦਾ ਮਤਲਬ ਇਹ ਸਾਡੇ ਮਨ ਵਿੱਚ ਭਰਮ ਹੈ, ਸਾਡੇ ਮਨ ਵਿੱਚ ਅਜੇ ਇਲਿਊਜ਼ਨ ਹੈ ਗੁਰੂ ਦੇ ਉੱਪਰ, ਭਰਮ ਹੈਗਾ ਜੇ ਸਾਡੇ ਮਨ ਵਿੱਚ ਵੀ ਨਹੀਂ, ਪਤਾ ਨਹੀਂ ਗੁਰੂ ਪੂਰੀ ਕਰੇਗਾ ਕਿ ਨਹੀਂ ਕਰੇਗਾ। ਖਿਆਲ ਕਰਿਓ ਜਦੋਂ ਅਰਦਾਸ ਕਰ ਦਿੱਤੀ ਨਾ, ਉਦੋਂ ਦਾਅਵਾ ਕਰਿਆ ਕਿ ਮੇਰੇ ਮਾਲਕ ਜੀ ਸੱਚ ਗੱਲ ਹੈ ਤੇਰੇ ਚਰਨਾਂ ਵਿੱਚ ਅਰਦਾਸ ਕੀਤੀ, ਹੋ ਹੀ ਨਹੀਂ ਸਕਦਾ ਪੂਰੀ ਨਾ ਹੋਵੇ, ਇਹ ਜ਼ਰੂਰ ਪੂਰੀ ਹੋਏਗੀ। ਤੇ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਤਾਂ ਹੀ ਕਹਿ ਰਹੇ ਕਿ ਕਰੋ ਬੇਨਤੀ। ਪਾਤਸ਼ਾਹ ਕਹਿੰਦੇ ਨੇ ਮੈਂ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਪਾਰ ਧਰਮ ਸਭ ਜਾਣੇ, ਜਿਹੜਾ ਸਭ ਕੁਝ ਜਾਣਨ ਵਾਲਾ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਕੇ ਤੂੰ ਕਰਤਾ ਸਭ ਕਿਛੇ ਆਪੇ ਜਾਣੇ। ਸਾਹਿਬ ਕਹਿੰਦੇ ਨੇ ਮੇਰੇ ਮਾਲਕ ਤੂੰ ਕਰਦਾ ਹੈ ਤੇ ਸਾਰਾ ਕੁਝ ਤੂੰ ਆਪ ਜਾਣਨ ਵਾਲੇ, ਤੂੰ ਕਰਤਾ ਸਭ ਕਿਛੇ ਆਪੇ ਜਾਣੇ, ਕਿਆ ਭੁੱਲ ਪੈ ਆਪ ਸੁਣਾਈਏ। ਮੇਰੇ ਸਤਿਗੁਰ ਮੈਂ ਤੇਰੇ ਚਰਨਾਂ ਵਿੱਚ ਕੀ ਆਖਾਂ, ਮੈਂ ਕੀ ਤੇਰੇ ਚਰਨਾਂ ਵਿੱਚ ਬੋਲ ਪੜ੍ਹ ਕੇ ਸੁਣਾਵਾਂ, ਕੀ ਤੇਰੇ ਚਰਨਾਂ ਵਿੱਚ ਜੋਗਣੀ ਕਰਾਂ ਤੇਰੇ ਮਾਲਕ ਜੀ, ਮੈਂ ਤਾਂ ਜੋਗਣੀ ਕਰਾਂ ਜੇ ਤੂੰ ਕੁਝ ਜਾਣਦਾ ਨਾ ਹੋਵੇ। ਜਦੋਂ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਕਹਿੰਦੇ ਹਾਂ, ਦੇਖੋ ਕਈ ਵਾਰੀ ਤੇ ਲੋਕ ਇਹਦੀ ਅਗਿਆਨਤਾ ਵਿੱਚ, ਮਾਫ ਕਰਨਾ ਇਹ ਹਰ ਇੱਕ, ਮੈਂ ਕਹਿੰਦਾ ਇਹ ਉਹਨਾਂ ਦੇ ਅੰਦਰ ਉਹਨਾਂ ਦਾ ਹੀ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਕਿਉਂਕਿ ਉਹਨਾਂ ਦਾ ਜੀਵਨ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰ ਇੱਥੇ ਖੜੀ ਹੋਈ ਹੈ। ਅਰਦਾਸ ਹੋ ਗਈ ਨਾ ਗੁਰੂ ਚਰਨਾਂ ਵਿੱਚ, ਤੇ ਜੇ ਕਿਤੇ ਭਾਈ ਸਾਹਿਬ ਨੇ ਨਾਮ ਨਹੀਂ ਬੋਲਿਆ ਤੇ ਮਾਫ ਕਰਨਾ, ਅਰਦਾਸ ਦੇ ਖਤਮ ਵੀ ਨਹੀਂ ਹੁੰਦੀ ਤੇ ਬਸ ਭਾਈ ਸਾਹਿਬ ਦੀ ਫਿਰ ਫੈਰ ਕੋਈ ਨਹੀਂ। ਕਿੰਨੇ ਐਸੇ ਵਾਕਿਆਤ ਸਾਡੇ ਖੁਦ ਨਾਲ ਵਾਪਰੇ ਨੇ, ਅਰਦਾਸ ਵਿੱਚ ਨਾਮ ਨਹੀਂ ਲਿਆ, ਭਾਈ ਸਾਹਿਬ ਜੀ ਤੁਸੀਂ ਬੜਾ ਵੱਡਾ ਅਪਰਾਧ ਕਰ ਦਿੱਤਾ, ਤੁਸੀਂ ਅਰਦਾਸ ਵਿੱਚ ਸਾਡਾ ਨਾਮ ਨਹੀਂ ਬੋਲਿਆ। ਇੰਨੇ ਨਾਰਾਜ਼ ਹੋ ਜਾਂਦੇ ਨੇ ਕਮੇਟੀ ਵਾਲਿਆਂ ਨੂੰ ਜਾ ਕੇ ਬੋਲਣਗੇ ਕਿ ਭਾਈ ਸਾਹਿਬ ਨੇ ਨਾਮ ਨਹੀਂ ਬੋਲਿਆ। ਅਗੋ ਕਮੇਟੀ ਵਾਲੇ ਵਿਚਾਰੇ ਉਹ ਬੱਚੇ ਹੁੰਦੇ ਨੇ, ਉਹ ਕੀ ਕਰ ਲਓ ਫਿਰ ਬੁਲਾ ਕੇ ਕਹਿਣਗੇ ਭਾਈ ਸਾਹਿਬ ਜੀ ਤੁਸੀਂ ਨਾਮ ਕਿਉਂ ਨਹੀਂ ਬੋਲਿਆ। ਪਤਾ ਉਹਨਾਂ ਨੂੰ ਵੀ ਕਿ ਮੇਰਾ ਮਾਲਕ ਜਾਣਦਾ ਹੈ ਸਭ ਕੁਝ, ਉਹਦੇ ਚਰਨਾਂ ਦੇ ਵਿੱਚ ਭਰਮ ਕੈਸਾ। ਖਿਆਲ ਕਰਿਓ ਗੁਰੂ ਅਰਜਨ ਸਾਹਿਬ ਜੀ ਦੇ ਬਚ ਨੇ ਸਤਿਗੁਰ ਕਹਿੰਦੇ ਨੇ ਤੂੰ ਕਰਤਾ ਸਭ ਪਿੱਛੇ ਆਪੇ ਜਾਣੇ, ਕਿਆ ਕੁਝ ਪਹਿਲੇ ਆਪ ਸੁਣਾਈਏ। ਫਿਰ ਸਾਹਿਬ ਕਹਿੰਦੇ ਨੇ ਬੁਰਾ ਭਲਾ ਤੁਧ ਸਭ ਕੁਝ ਸੂਝੈ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ। ਸਤਿਗੁਰ ਕਹਿੰਦੇ ਨੇ ਬੁਰਾ ਭਲਾ ਤੁਧ ਸਭ ਕੁਝ ਸੂਝੈ, ਜੇ ਹਾ ਕੋ ਕਰੇ ਤੇ ਹਾ ਕੋ ਪਾਈਏ। ਸਾਹਿਬ ਕਹਿੰਦੇ ਨੇ ਜੇ ਹੋ ਜਾ ਕੋਈ ਕਰਦਾ ਉਹ ਹੋ ਜਾ ਮਿਲ ਜਾਂਦਾ। ਖਿਆਲ ਕਰਿਓ ਗੁਰੂ ਦੇ ਚਰਨਾਂ ਵਿੱਚ ਤੇ ਸਿਰਫ ਅਰਦਾਸ ਕੀਤੀ ਨਾ, ਜੋਗਣੀ ਕੀਤੀ, ਹੁਣ ਅੱਗੇ ਦੀ ਵਿਰਧ ਤੇ ਗੁਰੂ ਜਾਣਦਾ ਹੈ ਨਾ, ਮੇਰਾ ਬਾਹਰ ਦਾ ਭੇਕ ਕੁਝ ਵੀ ਹੋ ਸਕਦਾ ਹੈ, ਪਰ ਮੇਰੇ ਅੰਦਰ ਦੀ ਵਿਅਥਾ ਤੇ ਗੁਰੂ ਨੂੰ ਪਤਾ ਹੈ ਨਾ ਕਿ ਕਿੱਥੇ ਖੜਾ ਹੋਇਆ। ਇਹਦੇ ਅੰਦਰ ਭਰਮ ਹੈ, ਇਹਦੇ ਅੰਦਰ ਅਜੇ ਇਲਿਊਜ਼ਨ ਹੈ, ਇਹਦੇ ਅੰਦਰ ਅਜੇ ਗੁਰੂ ਤੋਂ ਵਿਖਰੇਵਾ ਹੈ। ਕਿ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਬਸ ਫਿਰ ਉਸ ਵੇਲੇ ਗੁਰੂ ਦੇ ਅੰਦਰ ਨੂੰ ਪੜ੍ਹ ਲੈਂਦਾ, ਜਾਣ ਲੈਂਦਾ। ਤੇ ਮੇਰੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਨੇ, ਕਹਿਣ ਲੱਗੇ ਬੁਰਾ ਭਲਾ ਤੁਧ ਸਭ ਕੁਝ ਸੂਝੈ, ਜੇ ਹਾ ਕੋ ਕਰੇ ਤੇ ਹਾ ਕੋ ਪਾਈਐ। ਫਿਰ ਕਹਿੰਦੇ ਨੇ ਮੇਰੇ ਸਾਹਿਬ ਤੂੰ ਅੰਦਰ ਕੀ ਵਿਦ ਜਾਣੈ, ਤੂੰ ਸਤਿਗੁਰ ਅੰਦਰ ਦੀ ਵਿਦ ਜਾਣਦਾ ਹੈ, ਬੁਰਾ ਭਲਾ ਤੁਧ ਸਭ ਕੁਝ ਸੂਝੈ, ਤੁਧ ਭਾਵੈ ਜਿਵੇਂ ਬੁਲਾ ਨੇ। ਸਤਿਗੁਰੂ ਕਿਰਪਾ ਕਰ, ਮੈਂ ਤੇ ਇਹੀ ਅਰਦਾਸ ਕਰਦਾ ਵੀ ਸਤਿਗੁਰ ਜਿਵੇਂ ਤੈਨੂੰ ਭਾਉਂਦਾ ਹੈ ਨਾ, ਮੇਰੇ ਮਾਲਕ ਮੇਰੀ ਜ਼ੁਬਾਨ ਤੋਂ ਉਹੋ ਜਿਹੇ ਬੋਲ ਨਿਕਲ। ਆਹ ਮੰਗ ਲਈ ਗੁਰੂ ਕੋਲ, ਜਿਵੇਂ ਤੈਨੂੰ ਭਾਉਂਦਾ ਸਤਿਗੁਰ ਮੇਰੀ ਅਰਦਾਸ ਮੇਰੇ ਬੋਲ ਉਹ ਹੋਣ, ਮੈਂ ਉਹ ਕੁਝ ਮੰਗਾਂ ਜਿਹੜਾ ਤੂੰ ਬਾਣੀ ਵਿੱਚ ਮੈਨੂੰ ਮੰਗਣ ਲਈ ਕਹਿਣਾ। ਮੇਰੇ ਸਤਿਗੁਰ ਜੀ ਤੂੰ ਬਾਣੀ ਵਿੱਚ ਕਹਿਣਾ, ਮੰਗਣਾ ਮੰਗਣੀ ਕਾ ਹਰ ਜਸ ਗੁਰ ਦੇ, ਮੰਗਣਾ ਮੇਰੇ ਸਤਿਗੁਰ ਤੂੰ ਕਹਿੰਦੇ ਮੰਗਣਾ ਤੇ ਆਹ ਮੰਗ, ਪਰ ਮੇਰੇ ਮਾਲਕ ਜੀ ਮੇਰੀ ਮੰਗ ਤੇ ਅਜੇ ਸੰਸਾਰੀ ਕੇ।
ख्याल करो अजे ते संसारिक मंगा ही सारी जिंदगी की लिस्ट पूरी नहीं होती रब गुरु के चरणों में जाके पता नहीं परमात्मा के नाल प्यार की डोर प्यार की सांझ कदों गुरु को मंगा के गुरु अर्जुन देव पिता जी कहते हैं करो बेनती पार ब्रह्म सब जाने फिर सतगुरु कहते हैं अपना किया किया का भाव इतने है किता किते तो भाव है जिन्हें पैदा किया जिन्ना कुछ क्रिएट किया उस परिपूर्ण परमात्मा ने बनाया यह सब कुछ उस मालिक ने वो आप ही सब कुछ साधन वाले है मेरे सतगुरु पातशाह कहते ने अपना किया उन्हें जो कुछ अपना पैदा किया बनाया जिन्ना कुछ उन्हें अपना बनाया सतगुरु कहते ने आप माने माने का भाव इतने है मान देना सतगुरु कहते ने अपने पैदा किए हुए वो आप मान देता है ख्याल करियो जो कुछ उन्हें पैदा किया मान वो आप देता है वो आप मान देता है ते मनुख मान की प्राप्ति लिए थां थां ते भटकता है यही गल है मैं मान मिल जाए मैं रुतबा मिल जाए मैं वड्याई थां थां ते मनुख भटकता है ते गुरु अर्जुन देव पिता जी कहते ने भलिया जिन्हें तेन पैदा किया मान भी उन्हें तेन देना इस करके बेनती उनके चरणों में कर बेनतियों के चरणों में कर लोगों के चरणों में बेनती की चलो मान मिल भी गया तो किन्ने दिनों का गवर्नमेंट सरकार भी बनती है मानसा भी बनती है ना जे किसी रुतबे वाले जे किसी तख्त से बैठे हुए इंसान कहे कि चरणों में मान मिलता है गुरमुखो पांच साल बाद हो सकता है दूजा आए तो फिर सारिया फाइलों खुल जाए जिधर फाइल खुल दया ने उधर फिर ध्यान देना यही मनुख होंगे ने जे मान वड्याई मते होंगे ने फिर उ डर हर वे अंदर बनिया रहता है माफ करना गद्दी ते बैठिया भी डर होता है पता नहीं किदों कोई पाप सामने प्रगट हो जाए तो जेल चू जाना पै जाए पर जो सच्चे के चरणों में मान मिलता है ना उदो डर कोई नहीं होता है उदो कोई डर नहीं बाबा कबीर साहब कहते हैं मैं सच्चे नाल जुड़िया कोई डर ही नहीं लोगों ने जंजीर बन के नदी में सड़ दिता मर देगा कबीर बाबा कबीर साहब कहते हैं आप की परवाह करिए मान देने वाला तेरा भी ना इन्होंने थोड़ा मान देना जिन्हें जंजीर बनिया गुरु ने कृपा की जंजीर भी लहर न टुट गई बाबा कबीर फिर उन्हें दे मेरे सतगुरु पातशाह कहते हैं जिन्हों ने जो मान के गुरु ने देना है ना लोगों ने थोड़ा मान देना माफ करना लोगों की वड्याई चार दिन की है सतगुरु कहते हैं यह शोभा चार दिन के जाती बिलव ना कोई साहब कहते हैं जान लगे भुखे का समा भी नहीं लगना जान लगे समा थोड़ा लगना मनुख इतना कुछ करता है माफ करना वड्याई वास्ते ना ज्ञान किया बच्चे का लखा रुपये अपनी हैसियत तो बाहर निकल के कर्जे चो लैके लखा रुपये ला दिते कर्जा लेंगे सिर्फ मान वास्ते लोग खा पी के घर चले गए तो ख्याल करो जिहड़ा कर्जा चढ़िया लोगों के सिर से नहीं चढ़िया वह तुहाडे अपने सिर से चढ़िया कर्जा तो आप देना पैना फिर यही लोग होंगे ने जो नहीं किया जाता फिर कहते हम मर जाइए बस दरबार पिता कहते ने भलिया अपने कर्म से तू आप बीजना पैया तो शराब क्यों देना आप बीजना पैना जे यही अपनी हैसियत के मुताबिक कर्म करता जिन्ना कुछ पता कि इन्हों से खा पी के घर चले जाने ख्याल करिए लोगों की हालत यह है संसार का वजूद ही बन गया ब्याह में गए हैं माफ करना सारे जीने पे हैं किसी के आनंद कार्ज में गए ब्याह में गए उन्होंने सानू इनविटेशन दिता सी बच्चे का आनंद कार्ज तुम आना है ध्यान देना जो आनंद कार्ज होंगे जो लावा होंगे ने उदो कि शरीर होते हैं उदो कि बैठे होंगे ने कोई दस पंद्रह भी ख्याल करो पैलेस में होंगे ने हजार की गिनती लिखते गुरु के चरणों में बैठे होंगे ने दस पंद्रह दिन फिर मैं जगह सोचना होना भी किसी सज्जन के बचन पढ़े सत्या के जो आ देना होमंत्रण जिदन इनविटेशन देना हो ना उदन पूछ लेना चाहिए कि तुम आनंद कार्ज में आओगे कि सिर्फ पकौड़े खा लाओगे ये पूछ लेना चाहिए कि तुम आओगे किस कारण तब दरबार पिता जी कहते सब कुछ सारे कमी के मेरे गुरु अर्जुन देव पिता जी कहने अपना किया उन्हें आप ही सब कहने आप है मन है वो आप ही मान देने वाला है मान किसी होर ने नहीं देना मान भी उनके वालों मिलना है जिन्होंने मिलता है वह फिर उन्होंने शोभा युग युग तक हो जाती ता सतगुरु कहते हैं हर युग युग भगत को पाया कह रखता आया राम राजी उन्होंने शोभा युगों तक हो जाती है सतगुरु कहते हैं आप है आप आप करी मेरा दादा पिता कहते हैं वह आप है वह आप ही नबेड़ा करने वाला है आप है आप आप करब नबेड़ा जिमें जिमें मनुख ने कम किए उन्होंने कर्मा के अनुसार उन्हें एक नियम बनाया है सतगुरु कहते हैं कर्मा का नबेड़ा अपने आप हो जाता है उनका नियम है
ਉਹਨੇ ਇੱਕ ਕਾਨੂੰਨ ਬਣਾਇਆ, ਇੱਕ ਨਿਯਮਾਵਲੀ ਬਣਾਈ, ਇਸ ਨਿਯਮਾਵਲੀ ਨੂੰ ਮੇਰਾ ਸਤਿਗੁਰੂ ਕਹਿੰਦਾ ਹੁਕਮ, ਹੁਕਮ ਰਜਾਈ। ਇਸੇ ਨਿਯਮਾਵਲੀ ਨੂੰ ਸਤਿਗੁਰ ਨੇ ਹੁਕਮ ਕਿਹਾ, ਤੇ ਜੇ ਹੋਰ ਗਹਿਰਾਈ ਸਮਝਣਾ ਹੋਵੇ, ਇਸੇ ਹੁਕਮ ਨੂੰ ਮੇਰੇ ਸਤਿਗੁਰ ਨੇ ਨਾਮ ਕਿਹਾ, ਇਸੇ ਹੁਕਮ ਨੂੰ ਸਤਿਗੁਰ ਨੇ ਨਾਮ ਕਿਹਾ। ਹੁਣ ਰੱਬ ਦਾ ਕੋਈ ਨਾਮ ਥੋੜਾ, ਉਹ ਤੇ ਮੇਰੇ ਸਤਿਗੁਰ ਨੇ ਕੀਰਤਨ ਨਾਮ ਲਏ ਨੇ, ਤੇ ਕੀਰਤਨ ਨਾਮ ਦਾ ਭਾਵ ਹੁੰਦਾ ਜਿਹੜੇ ਕੀਰਤੀ ਵਿੱਚੋਂ ਪ੍ਰਗਟ ਹੋਏ ਨੇ, ਤੇ ਕੀਰਤੀ ਵਿੱਚੋਂ ਪ੍ਰਗਟ ਹੋਣ ਵਾਲੇ ਨਾਮ ਪੂਰੇ ਧੁਣਾ ਨਹੀਂ। ਫਿਰ ਤੇ ਅਸੀਂ ਕੀਰਤੀ ਨੂੰ ਯਾਦ ਕਰ ਰਹੇ ਹਾਂ, ਅਸੀਂ ਉਸ ਕੀਰਤੀ ਨੂੰ ਯਾਦ ਕਰ ਰਹੇ ਹਾਂ, ਪਰ ਹਾਂ ਇਹ ਨਾਮ ਸਾਨੂੰ ਮਾਲਕ ਦੇ ਚਰਨਾਂ ਦੇ ਨਾਲ ਉਹਦੀ ਵਡਿਆਈ ਨਾਲ ਜੋੜਦੇ ਨੇ, ਉਹਦੇ ਗੁਣਾਂ ਨਾਲ ਜੋੜਦੇ ਨੇ, ਉਹਦੇ ਅੰਦਰ ਕਿਹੜੀ ਕਿਹੜੀ ਗੁਣ ਕਿਹੜੀ ਕਿਹੜੀ ਕੁਆਲਿਟੀ ਹੈ ਉਸ ਮਾਲਕ ਦੇ ਅੰਦਰ, ਤਾਂ ਕਿ ਅਸੀਂ ਆਪਣੇ ਆਪ ਨੂੰ ਸਾਧ ਸਕੀਏ। ਮੇਰੇ ਮਾਲਕ ਅਸੀਂ ਵੀ ਇੱਥੇ ਜੀਣਾ ਹੈ, ਅਸੀਂ ਵੀ ਇੱਥੇ ਪਹੁੰਚਣਾ, ਕਿਉਂਕਿ ਤੂੰ ਸਾਨੂੰ ਸਾਰਿਆਂ ਨੂੰ ਵਜੂਦ ਦਿੱਤਾ ਇੱਥੇ ਪਹੁੰਚਣ ਦਾ। ਤੇ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਆਪਣੇ ਆਪ ਆਪ ਕਰਤ ਨਿਬੇੜਾ, ਨਿਬੇੜਾ ਦਾ ਭਾਵ ਹੈ ਨਿਬੇੜਾ ਕਰਨਾ। ਸਤਿਗੁਰ ਕਹਿੰਦੇ ਨੇ ਉਹ ਆਪ ਹੀ ਮਨੁੱਖ ਦੇ ਕਰਮਾਂ ਦਾ ਨਿਬੇੜਾ ਕਰਨ ਵਾਲਾ, ਉਹਨੇ ਐਸਾ ਨਿਯਮ ਬਣਾਇਆ ਹੈ, ਆਪਣੇ ਆਪ ਹੀ ਜਗਤ ਦੇ ਅੰਦਰ ਸਾਰੇ ਨਿਬੇੜੇ ਹੋ ਜਾਂਦੇ ਨੇ। ਗੁਰੂਖੋ ਉਹਨੂੰ ਆਪ ਨਹੀਂ ਆਉਣਾ ਪੈਂਦਾ ਨਿਬੇੜਾ ਕਰਨ, ਉਹਨੇ ਆਪਣੇ ਆਪ ਹੀ ਐਸੀਆਂ ਜੁਗਤਾਂ ਬਣਾਈਆਂ ਨੇ। ਇੱਕ ਪਾਸੇ ਮਨੁੱਖ ਪਾਪ ਕਰਦਾ, ਦੂਜੇ ਪਾਸੇ ਪ੍ਰਗਟ ਹੋ ਜਾਂਦੇ ਨੇ, ਨਿਬੇੜਾ ਆਪਣੇ ਆਪ ਹੀ ਹੋ ਜਾਂਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਤੇ ਇਸੇ ਕਰਮਾਂ ਦੇ ਵਿੱਚ ਮਨੁੱਖ ਜਦੋਂ ਵੱਧ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਕੋਈ ਕਹਿੰਦਾ ਰੱਬ ਦੂਰ ਹੈ ਤੇ ਕੋਈ ਕਹਿੰਦਾ ਰੱਬ ਨੇੜੇ। ਕਿਸੇ ਦੂਰ ਜਨਾਵਤ, ਕਿਸੇ ਨੇ ਜਾਣ ਲਿਆ ਕਿ ਰੱਬ ਦੂਰ ਹੈ, ਜਨਾਵਤ ਦਾ ਭਾਵ ਜਨਾਣਾ ਸਮਝ ਦੇਣਾ, ਕਿਸੇ ਨੇ ਗੁਰੂ ਦੇ ਹੁਕਮ ਨੂੰ ਸਮਝ ਲਿਆ ਇੱਥੋਂ ਤੱਕ ਵੀ ਰੱਬ ਦੂਰ ਹੈ ਸਮਝ ਦੇਣਾ। ਆਪ ਆਪਣੀ ਬੁੱਧ ਹੈ ਜੇਤੀ ਵਰਨਮ ਭਿੰਨ ਭਿੰਨ ਦੋਹੇ, ਤੇਤੀ ਖਿਆਲ ਕਰਿਓ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੈ, ਆਪਣੀ ਆਪਣੀ ਮਤ ਹੈ, ਉਹਨੇ ਆਪਣੀ ਮਤ ਤੱਕ ਹੀ ਜਿੱਥੋਂ ਤੱਕ ਉਹਦੀ ਮਤ ਲਈ ਉਹਨੇ ਉਨੀ ਕੋ ਗੱਲ ਕਰਨੀ। ਤੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਨੇ ਕਿਸੇ ਨੇ ਜਾਣਿਆ ਰੱਬ ਦੂਰ ਹੈ, ਉਹਨੇ ਕਹਿਤਾ ਕਿ ਰੱਬ ਸਭਨੇ ਅਸਮਾਨ ਤੇ ਰਹਿੰਦਾ, ਕਿਸੇ ਨੇ ਕਿਹਾ ਰੱਬ ਨੇੜੇ ਹੈ। ਤੇ ਦਾਦਾ ਪਿਤਾ ਕਹਿੰਦੇ ਨੇ ਕਈ ਇਸੇ ਝਗੜੇ ਵਿੱਚ ਉਲਝ ਗਏ, ਕਈ ਇਸੇ ਝਗੜੇ ਵਿੱਚ ਪੈ ਗਏ, ਕਿਸੇ ਨੇ ਆਖਿਆ ਰੱਬ ਦੂਰ, ਤਾਂ ਹੀ ਭਗਤ ਨਾਮ ਦੇਵ ਜੀ ਕਿਹਾ ਸੀ ਬਚਤ ਕਹਿਣ ਲੱਗੇ ਮੇਰੇ ਮਾਲਕ ਜੀ ਕੋਈ ਕਹਿੰਦਾ ਰੱਬ ਨੇੜੇ ਕੋਈ ਕਹਿੰਦਾ ਦੂਰ। ਕਹਿੰਦੇ ਨੇ ਮੈਂ ਤੇ ਲੋਕਾਂ ਵੱਲ ਵੇਖ ਕੇ ਹੱਸਣਾ ਮੇਰੇ ਮਾਲਕ ਜੀ, ਇਹ ਲੋਕ ਤੇ ਸੱਚ ਵਿੱਚ ਝਗੜੇ ਵਿੱਚ ਹੀ ਪਏ ਨੇ, ਇਹ ਤੇ ਸਿਰਫ ਝਗੜਾ ਬਾਤ ਵਿਵਾਦ ਕਰਦੇ ਪਏ ਨੇ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜ੍ਹਿਆ ਬਜ਼ੁਰਗ। ਕਹਿੰਦੇ ਨੇ ਟੁਰਦਾ ਕੋਈ ਨਹੀਂ, ਇੱਥੇ ਖੜਾ ਮੈਂ ਆਖਾਂ ਵੀ ਨਹੀਂ ਅੰਮ੍ਰਿਤਸਰ ਇਹੋ ਜਿਹਾ ਸ਼ਹਿਰ ਇਹੋ ਜਿਹਾ, ਮੈਂ ਗਿਆ ਹੀ ਕੋਈ ਨੀ, ਮੈਨੂੰ ਨੀ ਪਤਾ ਕਿਹੋ ਜਿਹਾ, ਮੈਂ ਘਰ ਬੈਠਿਆ ਅੰਦਾਜ਼ੇ ਲਾਈ ਜਾਂਦਾ। ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਅੰਦਾਜ਼ੇ ਨਾ ਲਾ, ਸਫ਼ਰ ਤੈਅ ਕਰ, ਤੁਰ, ਜਿੱਦਣ ਤੁਰੇਗਾ ਆਪਣੇ ਆਪ ਪਤਾ ਲੱਗ ਜਾਏਗਾ ਰੱਬ ਨੇੜੇ ਹੈ ਕਿ ਦੂਰ ਹੈ। ਜਿਹੜੇ ਝਗੜੇ ਚ ਮੇਰੇ ਭਗਤ ਨਾਮ ਦੇ ਪਤਾ ਕੀ ਕਹਿੰਦੇ ਨੇ, ਚੱਲ ਕੇ ਇਹਨਾਂ ਦਾ ਝਗੜਾ ਤੇ ਮੈਨੂੰ ਇੰਜ ਲੱਗਦਾ ਜਿਵੇਂ ਕੋਈ ਮਨੁੱਖ ਆ ਕੇ ਪਾਣੀ ਵਿੱਚ ਰਹਿਣ ਵਾਲੀ ਮਛਲੀ ਕਜੂਰ ਤੇ ਚੜ ਗਈ। ਕਹਿੰਦੇ ਨਹੀਂ ਚੜਦੀ, ਪਾਣੀ ਵਿੱਚ ਰਹਿਣ ਵਾਲੀ ਮਛਲੀ ਕਦੇ ਕਜੂਰ ਤੇ ਨਹੀਂ ਪੈਂਦੀ। ਤੇ ਬਾਬਾ ਕਬੀਰ ਭਗਤ ਨਾਮ ਦੇਵ ਜੀ ਕਹਿੰਦੇ ਨੇ ਸੱਚ ਗੱਲ ਤੇ ਇਹ ਹੈ, ਜਿਹੜੇ ਕਹਿੰਦੇ ਰੱਬ ਨੇੜੇ ਦੂਰ, ਉਹਨਾਂ ਨੂੰ ਪਤਾ ਹੀ ਕੋਈ ਨੀ ਮਛਲੀ ਤੇ ਪਾਣੀ ਵਿੱਚ ਰਹਿੰਦੀ, ਖਜੂਰ ਤੇ ਥੋੜਾ ਰਹਿੰਦੀ, ਉਹ ਤੇ ਮਛਲੀ ਨੂੰ ਖਜੂਰ ਦੇ ਵੀ ਚੜਾ ਦੇਣਗੇ, ਉਹਨਾਂ ਨੇ ਥੋੜਾ ਵੇਖਿਆ ਮਛਲੀ ਕਿੱਥੇ ਹੈ। ਦਾਦਾਰ ਪਿਤਾ ਜੀ ਕਹਿੰਦੇ ਨੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਮੇਰਾ, ਕਿਸੇ ਨੇ ਜਾਣਿਆ ਰੱਬ ਨੇੜੇ ਕਿਸੇ ਨੇ ਦੂਰ, ਇਹ ਵੀ ਮੇਰੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਰਮੀ ਆਪੋ ਆਪਣੀ ਕੀ ਨੇੜਾ ਹੈ ਕਿ ਦੂਰ। ਸਤਿਗੁਰ ਕਹਿੰਦੇ ਨੇ ਕੰਮ ਆਪੋ ਆਪਣੇ ਨੇ, ਨਿਬੇੜਾ ਮਾਲਕ ਨੇ ਕੀਤਾ ਹੈ, ਕੋਈ ਆਪਣੇ ਆਪਣੇ ਕਮਾਂ ਕਰਕੇ ਨੇੜੇ ਹੋ ਗਿਆ, ਕੋਈ ਦੂਰ ਹੋ ਗਿਆ। ਸਤਿਗੁਰ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਉਪਾਵ ਸਿਆਨਪ ਸਗਲ ਤੇ ਰਹਿਤ, ਪਾਤਸ਼ਾਹ ਕਹਿੰਦੇ ਨੇ ਜਿੰਨੇ ਵੀ ਉਪਾਵ ਨੇ ਕਿਲੇ, ਸਤਿਗੁਰ ਕਹਿੰਦੇ ਨੇ ਮੇਰਾ ਪ੍ਰਭੂ ਜਿਹੜਾ ਨਾ ਉਹ ਇਹਨਾਂ ਸਾਰਿਆਂ ਹਿਲਿਆਂ ਤੋਂ ਸਿਆਨਪਾਂ ਤੋਂ ਚਤੁਰਾਈਆਂ ਤੋਂ ਦੂਰ ਰਹਿਤ, ਇਹਨਾਂ ਸਾਰਿਆਂ ਤੋਂ ਰਹਿਤ ਦੂਰ ਹੈ। ਮੈਂ ਜਿੰਨੇ ਮਰਜ਼ੀ ਸੰਸਾਰ ਦੇ ਹਿਲੇ ਕਰ ਲਵਾਂ, ਮੈਂ ਕਹਾਂ ਜੀ ਮੈਂ ਇੱਕ ਡੰਗ ਤੇ ਖੜਾ ਹੋ ਕੇ ਭਗਤੀ ਕਰਾਂ, ਰੱਬ ਮਿਲ ਜਾਏ, ਇਹ ਹਿਲੇ ਨੇ, ਧਿਆਨ ਦੇਣਾ ਸਾਡੀਆਂ ਸਿਆਣਪਾਂ ਨੇ। ਮੈਂ ਕਹਾਂ ਜੀ ਨੰਗੇ ਪੈਰ ਚੱਲ ਕੇ ਜਾਵਾਂਗਾ ਤੇ ਮੇਰੇ ਕੰਮ ਪੂਰੇ ਹੋ ਜਾਣ, ਮਨੁੱਖ ਅਸਲ ਵਿੱਚ ਰੱਬ ਦੇ ਹੀ ਕੁਝ ਵੀ ਕਰਦਾ ਕਰਦਾ ਆਪਣੇ ਲਈ ਹੈ, ਅਸਲੇ ਇਸ ਕਰਕੇ ਨਹੀਂ ਕਰਦਾ ਵੀ ਮੈਂ ਸੱਚ ਨਾਲ ਜੁੜ ਜਾਵਾਂ, ਨਹੀਂ ਸੱਚ ਨਾਲ ਜੁੜ ਜਾਣਾ ਇਸ ਕਰਕੇ ਨਹੀਂ ਕਰਦਾ, ਇਸ ਕਰਕੇ ਵੀ ਇਹਦੇ ਪਿੱਛੇ ਮੇਰਾ ਆਪਣਾ ਕੋਈ, ਇਹਨੂੰ ਤਾਂ ਹੀ ਬਾਬਾ ਕਬੀਰ ਸਾਹਿਬ ਨੇ ਕਿਹਾ ਪੁੰਨ ਦਾਨ, ਕਹਿੰਦੇ ਨੇ ਦਾਨ ਤੇ ਜਿਹੜਾ ਪੁੰਨ ਹੈ ਨਾ, ਪੁੰਨ ਪਾਪ ਦੋਏ ਏਕ ਸਮਾਨ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦੁਨੀਆਂ ਦੇ ਅੰਦਰ ਪਾਪ ਤੇ ਪੁੰਨ ਦੋਵੇਂ ਬਰਾਬਰ ਹੋ ਗਏ। ਚੱਲ ਰਿਹਾ ਪੁੰਨ ਕਰਨਾ ਤੇ ਕਿਹੜਾ ਭਲਾ ਕਰਦੇ ਨਾ, ਹੁਣ ਮਨੁੱਖ ਨੇ ਪੁੰਨ ਕੀਤਾ ਕਿਸ ਲਈ, ਉਹਦੇ ਅੰਦਰ ਵੀ ਆਪਣਾ ਮਤਲਬ ਲੁਕਿਆ ਸੀ, ਤੇ ਜਿਹਨੇ ਪਾਪ ਕੀਤਾ ਉਹਦੇ ਅੰਦਰ ਵੀ ਆਪਣਾ ਮਤਲਬ ਲੁਕਿਆ ਸੀ। ਜਿਵੇਂ ਕਿਸੇ ਚੋਰ ਨੇ ਚੋਰੀ ਕੀਤੀ ਤੇ ਮਤਲਬ ਤੇ ਆਪਣਾ ਹੀ ਸੀ ਨਾ, ਪਿੱਛੇ ਵੀ ਮੇਰੇ ਘਰ ਵਿੱਚ ਦੋ ਵੇਲੇ ਵੀ ਰੋਟੀ ਬਣੇ, ਤੇ ਜੇ ਮੈਂ ਪੁੰਨ ਕੀਤਾ ਤੇ ਪੁੰਨ ਕਰਕੇ ਵੀ ਮਤਲਬ ਮੇਰਾ ਆਪਣਾ ਹੀ ਸੀ ਪਿੱਛੇ, ਤੇ ਬਾਬਾ ਗੁਰਦੀਪ ਸਾਹਿਬ ਕਹਿੰਦੇ ਨੇ ਦੋਵੇਂ ਬਰਾਬਰ ਹੋ ਗਏ, ਫਰਕ ਹੀ ਰਹਿ ਗਏ ਦੋਵਾਂ ਦੇ ਅੰਦਰ। ਦਾਦਾ ਪਿਤਾ ਜੀ ਕਹਿੰਦੇ ਨੇ ਉਪਾਸ ਸ਼ਾਨ ਸਗਲ ਤੇ ਰਹਿ,
ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰਾ ਮਾਲਕ ਉਪਾਵ ਸਿਆਣਪ ਜਿੰਨੇ ਦੁਨੀਆਂ ਦੇ ਉਪਾਵ ਨੇ ਇਹਨਾਂ ਉਪਾਵਾਂ ਤੇ ਸਾਡੀਆਂ ਸਿਆਣਪਾਂ ਚਤੁਰਾਈਆਂ ਤੋਂ ਰਹਿ ਕੇ ਉਹ ਨਾ ਸਾਡੀ ਕਿਸੇ ਸਿਆਣਪ ਨਾਲ ਰੀਝੇਗਾ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿਆ ਜਪ ਕਿਆ ਤਪ ਕਿਆ ਤਪ ਪੂਜਾ ਜਾਂ ਕਹਿ ਦਿੰਦਾ ਭਾਉ ਹੈ ਦੂਜਾ ਰੇ ਜਗ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚੰਦਰ ਬੁੱਝ ਪਾਈਏ। ਤਾਂ ਹੀ ਗੁਰੂ ਅਮਰਦਾਸ ਪਿਤਾ ਜੀ ਨੇ ਕਿਹਾ ਸੀ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਦੁਸ਼ਮਣ ਮਨ ਮੇਰੇ ਆਪਣੇ ਸਤਿਗੁਰ ਕਹਿੰਦੇ ਨੇ ਸਭ ਕੁਛ ਜਾਣੇ ਆਤਮ ਕੀ ਰਹਿਤ ਸਤਿਗੁਰ ਕਹਿੰਦੇ ਨੇ ਤੇਰੇ ਅੰਦਰ ਦੀ ਜਿਹੜੀ ਰਹਿਤ ਹੈ ਨਾ ਉਹ ਸਭ ਕੁਛ ਜਾਣਦਾ ਵੀ ਤੇਰੇ ਅੰਦਰ ਕੀ ਪੁੱਜੇ। ਚਤੁਰਾਈਆਂ ਕਰਨ ਵਾਲਿਆ ਤੂੰ ਤੇਰੇ ਅੰਦਰ ਨੂੰ ਵੀ ਜਾਣਦਾ ਉਹਨੂੰ ਪਤਾ ਤੇਰੇ ਅੰਦਰ ਕੀ ਆਪਣੇ ਅੰਦਰ ਤੇ ਬਾਹਰ ਇੱਕ ਗੱਲ ਹੈ ਸੱਤ ਜਾਣੇ ਜਿਦਨ ਇੱਕ ਹੋ ਗਏ ਤੂੰ ਮਾਲਕ ਵੱਲ ਕਦਮ ਵਧਾਇਆ ਉਦੋਂ ਉਹ ਦੂਰ ਨਹੀਂ ਹੋਏਗਾ ਉਦੋਂ ਉਹ ਬਿਲਕੁਲ ਨੇੜੇ ਹੋਏਗਾ। ਉਦੋਂ ਤੇ ਖਿਮ ਦਾ ਸਮਾਂ ਵੀ ਨਹੀਂ ਲੱਗਣਾ ਬਿਲਕਾ ਹੈ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾਮ ਹੈ ਮੇਰੇ ਸਤਿਗੁਰ ਕਹਿੰਦੇ ਨੇ ਜਿਸ ਭਾਵੇ ਇਸ ਲੈ ਲੜਦਾ ਹੈ ਜਿਸ ਤੇ ਮੇਰਾ ਮਾਲਕ ਕਿਰਪਾ ਕਰੇ ਨਾ ਉਹਨੂੰ ਫਿਰ ਆਪਣੇ ਲੜ ਨਾਲ ਲਾ ਲੈਂਦਾ। ਕਿਰਪਾ ਕਿੰਨੇ ਤੇ ਹੋਈ ਜਿਹਨੇ ਆਪਣੇ ਅੰਦਰ ਦੇ ਉਪਾਪ ਸਿਆਣਪ ਤਿਆਗ ਦਿੱਤੀ। ਸਤਿਗੁਰ ਕਹਿੰਦੇ ਨੇ ਜਿਹਨੇ ਅੰਦਰ ਦੀ ਰਹਿਤ ਨੂੰ ਜਾਣ ਲਿਆ। ਸਤਿਗੁਰ ਗੁਰੂ ਅਰਜਨ ਦੇਵ ਪਿਤਾ ਕਹਿੰਦੇ ਨੇ ਫਿਰ ਜਿਸ ਭਾਵੇ ਤਿਸ ਲਏ ਲੜ ਲਾਏ ਉਹ ਗੁਰੂ ਨੂੰ ਚੰਗਾ ਲੱਗ ਗਿਆ ਤੇ ਜਿਹੜਾ ਗੁਰੂ ਨੂੰ ਭਾ ਗਿਆ ਉਹ ਫਿਰ ਗੁਰੂ ਦੇ ਲੜ ਲੱਗ ਗਿਆ। ਸੰਸਾਰ ਦਾ ਨਿਯਮ ਦੇ ਨਾਲ ਮਨੁੱਖ ਜਿਹੜਾ ਮਨੁੱਖ ਨੂੰ ਜਿਹੜਾ ਚੰਗਾ ਲੱਗਦਾ ਵੇਖੋ ਵਰਕਰ ਬੜੇ ਹੁੰਦੇ ਨੇ ਆਫਿਸ ਦੇ ਅੰਦਰ ਕੰਮ ਕਰਨ ਵਾਲੇ ਪਰ ਜਿਹੜਾ ਆਫਿਸ ਦਾ ਬੋਸ ਹੁੰਦਾ ਕਿਸੇ ਇੱਕ ਦੋ ਚਾਰ ਨਾਲ ਉਹਦਾ ਮਨ ਬੜਾ ਜੁੜਿਆ ਹੁੰਦਾ ਤੇ ਜਿਹਨਾਂ ਨਾਲ ਜੁੜਿਆ ਹੋਵੇ ਨਾ ਉਹ ਫਿਰ ਉਸ ਜਗ੍ਹਾ ਦੇ ਉੱਪਰ ਰਾਜੇ ਬਣ ਕੇ ਨੇ ਜਿਹਨੂੰ ਕਹਿੰਦੇ ਨੇ ਅਸੀਂ ਬੋਸ ਆਏ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਹਿਣਾ ਕੁਝ ਨਹੀਂ ਗੁਰੂ